ਜਗਦੀਸ਼ ਖ਼ਰਮਾਨ ਦੀ ਕਹਾਣੀ ਨਿਸ਼ਾਨੀ ਯਾਰ ਦੀ ਮੈਂ ਆਪਣੀ ਜ਼ਿੰਦਗੀ ਦੀਆਂ 96 ਬਹਾਰਾਂ ਵੇਖ ਚੁੱਕਾ ਹਾਂ ਪੌਣੀ ਸਦੀ ਤੋਂ 2 ਦਹਾਕੇ ਵੱਧ ਦੀ ਇਸ ਉਮਰ 'ਚ ਜ਼ਿੰਦਗੀ ਦੇ ਬੜੇ ਉਤਰਾ ਚੜਾ ਦੇਖੇ ਹਨ ਕੁਦਰਤ ਦਾ ਜੀ ਬੋ ਗਰੀਬ ਕ੍ਰਿਸ਼ਮਾ ਦੇਖੋ ਇਹ ਉਮਰ ਚ ਆ ਕੇ ਬੰਦੇ ਨੂੰ ਇਹ ਭੁੱਲ ਜਾਂਦਾ ਹੈ ਕਿ ਉਹਨੇ ਰਾਤੀ ਰੋਟੀ ਕਿਹੜੀ ਦਾਲ ਸਬਜ਼ੀ ਨਾਲ ਖਾਧੀ ਸੀ ਪਰ ਦਿਮਾਗ ਦੀ ਪੁੱਠੀ ਘੁੰਮਦੀ ਚੱਕਰੀ ਵਰਿਆਂ ਪਹਿਲਾਂ ਵਾਪਰੀਆਂ ਘਟਨਾਵਾਂ ਨੂੰ ਇਉਂ ਯਾਦ ਰੱਖ ਲੈਂਦੀ ਐ ਜਿਵੇਂ ਕੱਲ ਪਰਸੋਂ ਦੀਆਂ ਗੱਲਾਂ ਹੋਣ ਜਦੋਂ ਦੀ ਮੈਂ ਗੱਲ ਦੱਸਣ ਲੱਗਾ ਉਦੋਂ ਮੇਰੇ ਤੇ ਸ਼ੂਕ ਦੀ ਜਵਾਨੀ ਸੀ ਲਾਪਰਵਾਹੀ ਦੀ ਉਮਰ ਨਾ ਚੜੀ ਦੀ ਨਾ ਲੱਥੀ ਦੀ ਤਕੜਾ ਸਡੌਲ ਜੁੱਸਾ ਨਿੱਗਰ ਇੰਨਾ ਸਾਂ ਕਿ ਮੇਰੇ ਜਿਸਮ 'ਚ ਦੋ ਜਰਵਾਣੇ ਬੰਦਿਆਂ ਨੂੰ ਸਿਰ ਪੜਾ ਕੇ ਮਾਰ ਦੇਣ ਵਾਲਾ ਜ਼ੋਰ ਸੀ ਬਾਹੀਂ ਦਾਦਾ ਜ਼ੋਰ ਹੱਥੋਂਦੋਂ ਤਿੱਖੀ ਕੈਂਚੀ ਵਾਂਗ ਚੱਲਦੇ ਹੁੰਦੇ ਸਨ। ਹਾੜੀ ਦੀ ਵਾਢੀ ਕਰਨ ਲੱਗਿਆ ਮੈਂ ਕਿਸੇ ਵਡਾਵੇ ਨੂੰ ਮੋਰੇ ਨਹੀਂ ਸੀ ਨਿਕਲਣ ਦਿੰਦਾ। ਵਾਹੀ ਕਾਰੀ ਦੇ ਕੰਮਾਂ ਦੇ ਮੈਂ ਆਹੂ ਲਾ ਦਿੰਦਾ ਸੀ। ਥਕਾਵਟ ਕੀ ਹੁੰਦੀ ਹੈ ਉਦੋਂ ਹੀ ਪਤਾ ਹੀ ਨਹੀਂ ਸੀ ਹੁੰਦਾ। ਯਾਰ ਬੇਲੀ ਤਾਂ ਪਿੰਡ 'ਚ ਮੇਰੀ ਹੋਰ ਵੀ ਬਥੇਰੇ ਸਨ ਪਰ ਮੇਰੀ ਪੱਕੀ ਆੜੀ ਯੂਸਫ ਨਾਲ ਸੀ। ਅਸੀਂ ਦੋਵੇਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਂਝੀ ਸਾਂ। ਸਾਡੀਆਂ ਮਾਵਾਂ ਵੀ ਆਪਸ 'ਚ ਪੱਕੀਆਂ ਸਹੇਲੀਆਂ ਸਨ। ਆਪਣੇ ਪਰਿਵਾਰ 'ਚ ਮੈਂ ਜੇਠਾ ਪੁੱਤਰ ਸਾਂ ਉਧਰ ਯੂਸਫ ਵੀ ਆਪਣੀਆਂ ਤਿੰਨਾਂ ਭੈਣਾਂ ਤੋਂ ਵੱਡਾ ਸੀ ਅਸੀਂ ਦੋਵੇਂ ਆੜੀ ਖੇਤੀਬੱਤੀ ਦੇ ਸਾਰੇ ਕੰਮ ਇਕੱਠੇ ਹੀ ਲੜਕੇ ਕਰਦੇ ਸਾਂ ਮੇਲੇ ਮੁਸਾਬੇ ਵੀ ਇੱਕੋ ਜਿਹੇ ਲੀੜੇ ਲੱਤੇ ਪਾ ਕੇ ਮੜਕ ਨਾਲ ਜਾਂਦੇ ਫਿਰ ਇੱਕ ਦੂਜੇ ਨੂੰ ਟੀਚਰਾਂ ਕਰਦੇ ਓਏ ਯਾਰ ਮੈਂ ਤੂੰ ਐ ਕਿ ਤੂੰ ਮੈਂ ਆ ਅਜੇ ਤੂਤ ਦੇ ਮੋਛੇ ਅਰਗੀ ਪੱਕੀ ਯਾਰੀ ਸੀ ਸਾਡੀ ਇੱਕੋ ਸਾਲ ਦੇ ਜੰਮੇ ਹੋਣ ਕਾਰਨ ਸਾਡੀਆਂ ਦੋਹਾਂ ਦੀਆਂ ਬੋਟੀਆਂ ਸਾਥੋਂ ਇੱਕ ਦੂਜੇ ਤੋਂ कुंठ ਕੱਢਦੀਆਂ ਸਨ ਇਹ ਗੱਲ ਵੀ ਸਾਡੇ ਵਾਸਤੇ ਕਿਸੇ ਲਤੀਫੇ ਤੋਂ ਘੱਟ ਨਹੀਂ ਸੀ ਅਸੀਂ ਹੱਸਦੇ ਹੋਏ ਇੱਕ ਦੂਜੇ ਨੂੰ ਛੇੜਦੇ ਹਾਂ ਬਈ ਬੋਲਦਾ ਨਹੀਂ ਆਪਾਂ ਇਹਨਾਂ ਦੋਹਾਂ ਚੋਂ ਇੱਕ ਜਣੀ ਦਾ कुंठ ਚੁਕਵਾਣਾ ਦੀਏ ਐਵੇਂ ਪੱਲਾ ਜਿਹਾ ਕਰਕੇ ਸਿਰ ਦਾ ਲੀੜਾ ਖਸਾਉਂਦੀਆਂ ਰਹਿੰਦੀਆਂ ਨੇ ਓਏ ਚੱਲ ਇਹ ਗੱਲ ਤਾਂ ਆਪਣੇ ਫਾਇਦੇ 'ਚ ਹੀ ਐ ਆਪਾਂ ਨੂੰ ਇਹਨਾਂ ਦੇ ਇੱਕ ਦੂਜੀ ਤੋਂ ਵੱਧ ਸੋਹਣੀ ਹੋਣ ਦੀ ਖੁਸ਼ਫਹਿਮੀ ਬਣੀ ਹੋਈ ਹੈ ਮੈਂ ਗੱਲ ਹਾਸੇ ਚ ਪਾ ਦਿੰਦਾ ਵੀ ਇਹ ਵੀ ਤੇਰੀ ਗੱਲ ਠੀਕ ਹੈ ਇਹਨਾਂ ਟਕੀਆਂ ਥਾਲੀਆਂ ਨੇ ਤਾਂ ਆਪਣੇ ਦਿਲਾਂ ਚ ਲੱड्डੂ ਵੱਡਾ ਹੋਣ ਦਾ ਭਰਮ ਬਣਾਇਆ ਯੂਸਫ ਨੇ ਲੇ ਤੇ ਦਲਾ ਛੱਡ ਦਿੰਦਾ ਇਸ ਗੱਲ ਤੇ ਖੁਸ਼ ਹੁੰਦੇ ਅਸੀਂ ਕਿੰਨਾ ਕਿੰਨਾ ਚਿਰ ਖਿੱਲਾ ਡੋਲਦੇ ਰਹਿੰਦੇ ਹੱਸਦਿਆਂ ਖੇਡਦਿਆਂ ਦੇ ਸਾਡੇ ਤਾਂ ਦਿਨ ਬਸੰਤ ਬਹਾਰ ਵਰਗੇ ਤੇ ਰਾਤਾਂ ਦੀਵਾਲੀ ਵਰਗੀਆਂ ਲੰਘ ਰਹੀਆਂ ਸਨ ਰੱਬ ਚੇਤੇ ਨਹੀਂ ਸੀ ਢੋਲੇ ਦੀਆਂ ਲਾਉਂਦੇ ਸਾਂ ਫਿਰ ਪਤਾ ਹੀ ਨਾ ਲੱਗਿਆ ਲਹੂ ਵੀਟਵੀਆਂ ਤੱਤੀਆਂ ਹਵਾਵਾਂ ਕਿੱਥੋਂ ਕਿੱਥੋਂ ਦੀ ਲੰਗਦੀਆਂ ਹੋਈਆਂ ਸਾਡੇ ਪਿੰਡ ਵੀ ਆਵੜੀਆਂ ਲੈੰਦੇ ਚੜ੍ਹਦੇ ਪੰਜਾਬ ਚੋਂ ਵੱਡਾ ਟੁੱਕੀ ਦੀਆਂ ਖਬਰਾਂ ਆਉਣ ਲੱਗ ਪਈਆਂ ਸਨ ਸਕੇ ਭਰਾਵਾ ਵਾਂਗ ਰਹਿੰਦੇ ਲੋਕਾਂ ਨੂੰ ਪਤਾ ਨਹੀਂ ਕੌਣ ਮਨਹੂਸ ਆਕੇ ਦੱਸ ਗਿਆ ਸੀ ਕਿ ਤੂੰ Hindu ਜਾਂ Sikh ਹੈ ਤੇ ਫਲਾਣਾ ਮੁਸਲਮਾਨ ਹੈ ਫਿਰਕਾ ਪ੍ਰਸਥਿਤ ਦਿਨੋਂ ਦਿਨ ਪੈਰ ਪਸਾਰਦੀ ਜਾ ਰਹੀ ਸੀ ਜੰਦਕ ਦਿਨਾਂ ਵਿੱਚ ਹੀ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣ ਗਏ ਸਨ ਇਨਸਾਨਾਂ ਵਿੱਚੋਂ ਪਿਆਰ ਮੁਹੱਬਤ ਤੇ ਭਾਈਚਾਰਕ ਸਾਂਝ ਖਤਮ ਹੋ ਰਹੀ ਸੀ ਫਿਰਕੂ ਜਨੂਨ ਪ੍ਰਥਮ ਹੋ ਗਿਆ ਸੀ ਇਨਸਾਨੀਅਤ ਦੋਇਮ ਹੋ ਗਈ ਸੀ ਧੀਆਂ ਭੈਣਾਂ ਦੀ ਇੱਜ਼ਤ ਸੁਰੱਖਿਅਤ ਨਹੀਂ ਸੀ ਰਹੀ ਉਸ ਵਕਤ ਦਰਿੰਦਗੀ ਦਾ ਸਭ ਤੋਂ ਵੱਡਾ ਕਹਿਰ ਔਰਤ ਜਾਤ ਨੂੰ ਚੱਲਣਾ ਪੈ ਰਿਹਾ ਸੀ ਭੁੱਖੇ ਪਿਆਸੇ ਲੋਕ ਪਨਾਹਗੀਰ ਬਣ ਕੇ ਸ਼ਰਨਾਰਥੀ ਕੈਂਪਾਂ 'ਚ ਹੈਜ਼ ਵਰਗੀਆਂ ਭਿਆਨਕ ਬਿਮਾਰੀਆਂ ਨਾਲ ਮਰ ਰਹੇ ਸਨ ਸੋਹਣੇ ਗੁਲਾਬ ਦੇ ਫੁੱਲ ਵਰਗਾ ਰੰਗਲਾ ਪੰਜਾਬ ਦੋ ਹਿੱਸਿਆਂ 'ਚ ਵੰਡਿਆ ਗਿਆ ਸੀ ਰੈਡ ਕਲਿਫ ਨੇ ਲਕੀਰ ਖਿੱਚ ਕੇ ਇੱਕ ਪੰਜਾਬ ਦੇ ਦੋ ਪੰਜਾਬ ਬਣਾ ਦਿੱਤੇ ਸਨ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਤੋਂ ਅਸੀਂ ਚੜ੍ਹਦੇ ਪੰਜਾਬ ਵਾਲੇ ਸਦਾ ਵਾਸਤੇ ਵਿਰਵੇ ਹੋ ਗਏ ਸਾਂ ਪੰਜ ਦਰਿਆਵਾਂ ਦੇ ਪਾਣੀ ਅੱਧੋ-ਅੱਧ ਹੋ ਕੇ ਦੋ ਹਿੱਸਿਆਂ 'ਚ ਵੰਡੇ ਗਏ ਸਨ ਹਵਾ ਗੰਧਲੀ ਤੇ ਕੈਰੀ ਹੋ ਗਈ ਸੀ ਪਾਣੀ ਜ਼ਹਿਰੀਲਾ ਤੇ ਲਹੂ ਰੰਗਾ ਹੋ ਗਿਆ ਸੀ ਚੰਗੇ ਭਲੇ ਵਾਸਤੇ ਰਸਤੇ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣ ਗਏ ਸਨ ਘਰ ਲੁੱਟੇ ਤੇ ਸਾੜੇ ਜਾ ਰਹੇ ਸਨ ਅਸਮਾਨ ਵੱਲ ਉੱਠਦੀਆਂ ਉੱਚੀਆਂ ਅੱਗ ਦੀਆਂ ਲਾਟਾਂ ਜਿ ਭੰਗ ਕੱਢ ਕੇ ਮਨੁੱਖੀ ਅਕਲ ਦਾ ਜਨਾਜ਼ਾ ਕੱਢ ਰਹੀਆਂ ਜਾਪਦੀਆਂ ਸਨ ਸੱਚ ਝੂਠ ਨੂੰ ਰਲ ਗੱਡ ਕਰਕੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਸਨ ਹਵਾਨੀਅਤ ਇਨਸਾਨੀਅਤ ਦੇ ਆਹੂ ਲੌਂਦੀ ਹੋਈ ਆਪਣਾ ਕ੍ਰੂਪ ਚਿਹਰਾ ਵਿਖਾ ਰਹੀ ਸੀ ਹਰ ਪਾਸੇ ਅਮਾਨਵੀ ਵਰਤਾਰਾ ਸੀ ਜਦੋਂ ਚਾਰੇ ਪਾਸੇ ਮਜਬੀ ਜਨੂਨ ਤਾंडਵ ਨਾਚ ਨੱਚ ਰਿਹਾ ਸੀ ਫਿਰ ਵਿਚਾਰੇ ਯੂਸਫ ਦਾ ਟੱਬਰੇ ਤੋਂ ਕਿਵੇਂ ਬਚ ਸਕਦਾ ਸੀ ਉਹਨਾਂ ਦੇ ਅਗਵਾੜ ਤੇ ਵੀ ਹਜੂਮੀਆਂ ਨੇ ਹਲਾ ਬੋਲ ਦਿੱਤਾ ਅਜਿਹੇ ਨਾਜ਼ੁਕ ਸਮੇ ਯੂਸਫ ਦੇ ਟੱਬਰ ਦੀ ਰਾਖੀ ਕਰਨੀ ਤੇ ਉਹਨਾਂ ਨੂੰ ਸਹਾਰਾ ਦੇਣਾ ਮੇਰਾ اخلاقی ਫਰਜ਼ ਬਣਦਾ ਸੀ ਪਰ ਵੱਡੇ ਹਜੂਮੀ ਟੋਲਿਆਂ ਸਾਹਮਣੇ ਮੈਂ ਇਕੱਲਾ ਕੀ ਕਰ ਸਕਦਾ ਸੀ ਅਜੇ ਪਰਿਵਾਰਾਂ ਦੀ ਹਿਫਾਜ਼ਤ ਕਰਨ ਵਾਸਤੇ ਮੇਰੇ ਨਾਲ ਤੁਰਨ ਨੂੰ ਕੋਈ ਵੀ ਤਿਆਰ ਨਹੀਂ ਸੀ ਹਰ ਕੋਈ ਮਸਰੂਫ ਸੀ ਕਿਸੇ ਨੂੰ ਵੀ ਲੁੱਟਖੋ ਉਧਾਲੇ ਤੇ ਕਤਲੋਗਾਰਤ ਵਰਗੇ ਖਿਣਾਉਣੇ ਕੰਮਾਂ ਤੋਂ ਵੇਹਲ ਨਹੀਂ ਸੀ ਸੋ ਮੈਂ ਚਾਹੁੰਦਾ ਹੋਇਆ ਵੀ ਉਸ ਪਰਿਵਾਰ ਲਈ ਕੁਝ ਨਾ ਕਰ ਸਕਿਆ ਇਹੋ ਜਿਹਾ ਵੈਸ਼ੀ ਮਾਹੌਲ ਵਿੱਚ ਇਕੱਲੇ ਬੰਦੇ ਦੀ ਕੀ ਵਟਿੰਦੀ ਸੀ ਯੂਸਫ ਦੀਆਂ ਸੋਨੇ ਅਰਗੀਆਂ ਜਵਾਨ ਭੈਣਾਂ ਤੇ ਉਹਦੀ ਸੋਹਣੀ ਸੁਨੱਖੀ ਬੋਟੀ ਨੂੰ ਜ਼ਬਰਦਸਤ ਕੇ ਲੈ ਗਏ ਸਨ ਪਿੰਡ ਦੀਆਂ ਹੋਰ ਮੁਸਲਿਮ ਮੁਟਿਆਰਾਂ ਦਾ ਵੀ ਇਹੀ ਹਸ਼ਰ ਹੋਇਆ ਸੀ ਯੂਸਫ ਦਾ ਘਰ ਲੁੱਟ ਕੇ ਸਾੜ ਦਿੱਤਾ ਗਿਆ ਉਹਦੇ ਮਾਂ-ਬਾਪ ਕਤਲ ਕਰ ਦਿੱਤੇ ਗਏ ਉਹ ਪਤਾ ਨਹੀਂ ਕਿਵੇਂ ਬੱਚਦਾ ਬਚਾਉਂਦਾ ਮੈਨੂੰ ਮਿਲਣ ਵਾਸਤੇ ਸਾਡੇ ਘਰ ਆ ਗਿਆ ਸੀ ਉਹਨੇ ਖੇਸ ਦਾ ਚੁੰਮੜਵਾਟਾ ਮਾਰਿਆ ਹੋਇਆ ਸੀ ਖੇਸ ਚ ਲੁਕੋਈ ਆਪਣੇ ਦੋਹਾਂ ਹੱਥਾਂ 'ਚ ਉਹਨੇ ਕੁਝ ਚੁੱਕਿਆ ਹੋਇਆ ਸੀ ਮੈਨੂੰ ਮਿਲ ਕੇ ਉਹਦੀਆਂ ਤਾਂਹਾਂ ਨਿਕਲ ਗਈਆਂ ਕਿੰਨਾ ਇਚੇਰਾ ਸੀ ਇੱਕ ਦੂਜੇ ਦੇ ਗਲ ਲਾ ਕੇ ਰੋਂਦੇ ਰਹੇ ਫਿਰ ਉਹ ਹੰਝੂਆਂ ਚ ਡੁੱਬੀ ਆਵਾਜ਼ ਚ ਬੋਲਿਆ ਮੇਰੇ ਯਾਰ ਹਰੀ ਤੈਨੂੰ ਨਿਸ਼ਾਨੀ ਲਈ ਮੇਰੇ ਕੋਲ ਹੋਰ ਤਾਂ ਕੁਝ ਨਹੀਂ ਬਚਿਆ ਆ ਅੰਮੀ ਦਾ ਜੋੜ ਕੇ ਰੱਖਿਆ ਹੋਇਆ ਘਿਓ ਦਾ ਦੋਹਣਾ ਮੈਨੂੰ ਰਸੋਈ ਦੀ ਪਰਛਤੀ ਤੋਂ ਲੱਭਿਆ ਕਦੋਂ ਦਾ ਇਹਨੂੰ ਲੁਕਾਉਂਦਾ ਹੋਇਆ ਬੜੀ ਮੁਸ਼ਕਲ ਨਾਲ ਤੇਰੇ ਤੱਕ ਪਹੁੰਚਿਆ ਆਪਣੇ ਯਾਰ ਦੀ ਆਖਰੀ ਨਿਸ਼ਾਨੀ ਸਮਝ ਕੇ ਤੂੰ ਰੱਖ ਲੈ ਦੇਖੀ ਕਿਤੇ ਕਿਸੇ ਕਿਸਮ ਦਾ ਵਹਿਮ ਨਾ ਚਿੱਤ 'ਚ ਰੱਖੀ ਜੇ ਦਿਲ 'ਚ ਕੋਈ ਸ਼ੱਕ ਹੈ ਤਾਂ ਲਿਆ ਫੜਾ ਸਤھੂੰ ਕੌਲੀ ਮੈਂ ਆਪ ਤੈਨੂੰ ਘਿਉ ਦੀਆਂ ਦੋ ਕੁੱਟਾਂ ਭਰ ਕੇ ਵਿਖਾ ਦੇਣਾ ਨਹੀਂ ਨਹੀਂ ਮੈਨੂੰ ਕੋਈ ਵਹਿਮ ਨਹੀਂ ਲਿਆ ਫੜਾਉ ਰਿਹਾ ਦੋਣਾ ਮੈਂ ਉਹ ਤੋਂ ਦੋਣਾ ਫੜ ਕੇ ਸਤਕਾਰ ਵਜੋਂ ਸਿਰ ਝੁਕਾ ਕੇ ਆਪਣੇ ਮੱਥੇ ਨਾਲ ਛੁਆਇਆ ਤੇ ਇੱਕ ਪਾਸੇ ਕਰਕੇ ਰੱਖ ਦਿੱਤਾ ਚੰਗਾ ਫਿਰ ਮੈਂ ਚੱਲਦਾ ਹਾਂ ਉਹ ਜਾਂਦਾ ਹੋਇਆ ਦੂਰ ਤਾਈਂ ਪਿੱਛੇ ਮੁੜ ਮੁੜ ਕੇ ਮੈਨੂੰ ਖੜੇ ਨੂੰ ਵੇਂਦਾ ਰਿਹਾ ਜਿਵੇਂ ਉਹਦੀ ਮੇਰੇ ਨਾਲ ਹੀ ਆਖਰੀ ਮਿਲਣੀ ਹੋਵੇ ਹਿੰਸਕ ਹਜੂਮੀਆਂ ਨੇ ਉਹਨੂੰ ਸਾਡੇ ਘਰੋਂ ਨਿਕਲਦੇ ਨੂੰ ਦੇਖ ਲਿਆ ਸੀ ਤਾਈਓ ਕਿਤੋਂ ਦੂਰੋਂ ਲਲਕਾਰੇ ਵੱਜਣ ਦੀਆਂ ਆਵਾਜ਼ਾਂ ਆਈਆਂ ਉਦੋਂ ਹੀ ਪਿੰਡ 'ਚ ਰੌਲਾ ਪੈ ਗਿਆ ਇੱਕ ਮਸਲਾ ਹੋਰ ਗੱਡੀ ਚਾੜਤਾ ਹੋਏ ਇਹ ਸ਼ਾਇਦ ਯੂਸਫ ਦੀਆਂ ਨਹੋਣੀ ਦਾ ਹੀ ਹੋਕਾ ਸੀ ਬੇਬੇ ਬਿਮਾਰ ਚਾਚੀ ਦਾ ਪਤਾ ਲੈ ਕੇ ਘਰ ਆ ਗਈ ਸੀ ਘਰ 'ਚ ਪਿਆ ਉੱਪਰ ਦੋਨਾਂ ਵੇਖ ਕੇ ਉਹਨੇ ਮੈਨੂੰ ਪੁੱਛਿਆ ਵੇਹਰੀ ਆ ਦੋਨਾਂ ਆਪਣੇ ਘਰੇ ਕੌਣ ਰਗ ਗਿਆ ਮੈਂ ਯੂਸਫ ਵੱਲੋਂ ਦਿੱਤੀ ਗਈ ਆਖਰੀ ਨਿਸ਼ਾਨੀ ਦੀ ਕਹਾਣੀ ਹੂਬਹੂ ਬੇਬੇ ਨੂੰ ਸੁਣਾਤੀ ਬੇਬੇ ਦੀਆਂ ਭਾਵਾਂ ਚੜ ਗਈਆਂ ਸੀ ਉਹ ਗੁੱਸੇ ਨਾਲ ਬੋਲੀ ਇਹ ਮੁੰਡਿਆ ਐਵੇਂ ਨਹੀਂ ਕਿਸੇ ਦੀਆਂ ਗੱਲਾਂ ਚਾਹੀਦਾ ਹੁੰਦਾ ਇਹ ਮੈਂ ਮੰਨਦੀ ਆਂ ਵੀ ਕਿਸੇ ਵੇਲੇ ਮੁੰਡਾ ਤੇਰਾ ਆੜੀ ਹੁੰਦਾ ਸੀ ਪਰ ਕਾਕਾ ਵਕਤ ਵਿਚਾਰੀ ਦਾ ਹੁੰਦਾ ਹੁਣੇ ਲੋਕ ਆਪਣੇ ਦੁਸ਼ਮਣ ਬਣ ਕੇ ਇੱਥੋਂ ਜਾ ਰਹੇ ਨੇ ਹੁਣ ਨਹੀਂ ਇਤਬਾਰ ਕਰਨ ਯੋਗ ਰਹੇ ਦੇਖੀਂ ਕਿ ਤੇ ਆੜੀ ਦੀ ਨਿਸ਼ਾਨੀ ਦੇ ਚਾਹ ਚ ਸਾਰਾ ਟੱਬਰ ਮਰਵਾ ਬੈੰਦਾ ਮੇਰੀ ਮੰਨ ਤੇ ਇਸ ਧੋਨੇ ਨੂੰ ਆਪਣੇ ਪਿੰਡ ਲਾਗੇ ਵਗਦੀ ਨਹਿਰ ਚ ਸੁੱਟਿਆ ਚੰਗਾ ਰਹੇਗਾ ਨਹੀਂ ਬੇਬੇ ਉਹ ਤਾਂ ਮੇਰੇ ਸਾਹਮਣੇ ਇਸ ਚ ਕੋਲੀ ਭਰ ਕੇ ਕਿਉ ਪੀਣ ਲਈ ਵੀ ਤਿਆਰ ਹੋ ਗਿਆ ਸੀ ਉਹ ਤਾਂ ਗੱਲ ਕਰ ਮੈਂ ਹੀ ਸ਼ਰਮ ਮੰਨ ਕੇ ਉਹਨੂੰ ਇਉਂ ਕਰਨ ਤੋਂ ਰੋਕ ਦਿੱਤਾ ਯਕੀਨ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ ਕਿ ਨਹੀਂ ਨਹੀਂ ਬੇ ਪੁੱਤਾ ਤੂੰ ਮੇਰੀ ਮੰਨਦਾ ਕਿਉਂ ਨਹੀਂ ਮਗਰੋਂ ਪਛਤਾਉਣ ਨਾਲੋਂ ਪਹਿਲਾਂ ਸੋਚਣਾ ਚੰਗਾ ਹੁੰਦਾ ਹੈ ਕਮਲਿਆ ਬੇਬੇ ਆਪਣੀ ਦਲੀਲ ਤੇ ਅੜੀ ਹੋਈ ਸੀ ਤੇ ਮੇਰੀ ਕੋਈ ਵੀ ਗੱਲ ਮੰਨਣ ਲਈ ਤਿਆਰ ਨਹੀਂ ਸੀ ਉਦੇ ਬਹੁਤੀ ਜ਼ਿੱਦ ਕਰਨ ਤੇ ਮੈਂ ਭਰੇ ਮਨ ਨਾਲ ਕਿਉ ਨਾਲ ਮੂੰਹ ਤੱਕ ਭਰਿਆ ਦੌਣਾ ਚੁੱਕਿਆ ਤੇ ਪਿੰਡ ਦੇ ਨੇੜੇ ਵਗਦੀ ਨਹਿਰ 'ਚ ਸੁੱਟਣ ਲਈ ਤੁਰ ਪਿਆ ਯੂਸਫ ਯਾਰ ਦੀ ਆਖਰੀ ਨਿਸ਼ਾਨੀ ਨਹਿਰ 'ਚ ਸੁੱਟਣ ਲੱਗਿਆ ਮੈਨੂੰ ਇਹ ਮਹਿਸੂਸ ਹੋਇਆ ਜਿਵੇਂ ਯੂਸਫ ਦੇ ਕਾਤਲਾਂ 'ਚ ਮੈਂ ਵੀ ਸ਼ਾਮਲ ਹੋ ਗਿਆ ਹੋਵਾਂ ਨਾਲੇ ਜਿਹੜਾ ਬੰਦਾ ਕਿਸੇ ਦੀ ਪਾਕ ਪਵਿੱਤਰ ਮੁਹੱਬਤ ਦਾ ਕਤਲ ਕਰ ਦੇਵੇ ਉਹਦਾ ਗੁਨਾਹ ਤਾਂ ਮਾਫ਼ ਕਰਨ ਯੋਗ ਹੁੰਦਾ ਹੀ ਨਹੀਂ ਇਹ ਗੁਨਾਹ ਤਾਂ ਬੰਦੇ ਦੇ ਕਤਲ ਨਾਲੋਂ ਕਿਤੇ ਵੱਡਾ ਗੁਨਾਹ ਹੁੰਦਾ ਹੈ ਅੱਜ ਤੀਖ ਵੀ ਮੈਂ ਉਸ ਮੰਦ ਭਾਗੀ ਘਟਨਾ ਨੂੰ ਯਾਦ ਕਰਕੇ ਪਾਣੀ ਚੋਂ ਬਾਹਰ ਕੱਢ ਕੇ ਛੁੱਟੀ ਗਈ ਮੱਛੀ ਵਾਂਗ ਤੜਪ ਉੱਠਦਾ ਪਤਾ ਨਹੀਂ ਮੈਂ ਜਿਉਂਦੇ ਜੀ ਪਛਤਾਵੇ ਦੀ ਇਸ ਕੈਦ ਵਿੱਚੋਂ ਮੁਕਤ ਹੋਵਾਂਗਾ ਵੀ ਕਿ ਨਹੀਂ ਹੁਣ ਸੋਚਦਾ ਕਿ ਮੈਂ ਕਿਉਂ ਢੋਲ ਕੇ ਯਾਰ ਦੀ ਨਿਸ਼ਾਨੀ ਵੱਜਾਂ ਦੋਨਾਂ ਤਾਂ ਆਪਣੇ ਕੋਲ ਰੱਖ ਲੈਂਦਾ ਪਰ ਉਦੋਂ ਇੰਨੀ ਮੱਤ ਕਿੱਥੇ ਸੀ ਧੰਨਵਾਦ